ਜਦੋਂ ਚੰਨੀ ਸਾਹਿਬ ਚੋਂ ਗਿਆ ਸਾਡੇ ਪਿੰਡੋਂ ਬਹੁਤ ਫੋਨ ਆਏ ਉਹਦੇ ਮੈਨੂੰ ਸਾਰੀ ਦਿਹਾੜੀ ਬੱਕਰੀਆਂ ਨੇ ਚਾਰਨ ਦਿੱਤੀਆਂ ਕਹਿੰਦੇ ਯਾਰ ਸਾਨੂੰ ਨਹੀਂ ਦੱਸਿਆ ਤੂੰ ਇੰਨਾ ਟਾਈਮ ਤੇਰੇ ਕੋਲ ਖੜਾ ਰਿਹਾ 10-12 ਮਿੰਟ ਲਾ ਗਏ ਉੱਥੇ ਬੱਕਰੀ ਉਹ ਕੱਲ੍ਹ ਲੈ ਗਏ ਜੀ ਆਪਣਾ ਚਮਕੌਰ ਸਾਹਿਬ ਤੋਂ ਬੰਦੇ ਆਏ ਸੀਗੇ ਜੀ ਕਹਿੰਦੇ ਵੀ ਇੱਕ ਬੱਕਰੀ ਆ ਤੁਹਾਡੇ ਕੋਲ ਵੀ ਜਿਹੜੀ ਚੰਨੀ ਸਾਹਿਬ ਚੋਂ ਕੇ ਗਏ ਆ ਮੈਂ ਹਜੇ ਹੈਗੀ ਆ ਕਹਿੰਦੇ ਅਸੀਂ ਉਹ ਲੈ ਕੇ ਜਾਣੀ ਆ ਮੈਂ ਕਿਹਾ ਜੀ ਲੈ ਜਾਓ ਕੋਈ ਗੱਲ ਨਹੀਂ ਕਹਿੰਦੇ ਫ੍ਰੀ ਖਾਤੇ ਦੁੱਧ ਦਿਆ ਕਰਨਾ ਲੋਕਾਂ ਨੂੰ ਮੈਂ ਕਿਹਾ ਜੀ ਤੁਸੀਂ ਫ੍ਰੀ ਖਾਤੇ ਹੀ ਲੈ ਜਾਓ ਫਿਰ ਬੱਕਰੀ ਵੀ ਪੈਸਿਆਂ 'ਚ ਤਾਂ ਕੀ ਗੱਲ ਹੈਗੀ ਫਿਰ ਕਹਿੰਦੇ ਸ਼ਿੰਗਾਰ ਸ਼ੰਗੂਰ ਵੀ ਲਾ ਕੇ ਦਿਓ ਫਿਰ ਸ਼ਿੰਗਾਰ ਵੀ ਲਾ ਤਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੁਣ 500-700 ਦਾ ਸਮਾਨ ਹੀ ਆ ਪਾ ਦਿੰਦੇ ਹਾਂ ਸਾਰੀ ਮੈਨੂੰ ਕਹਿੰਦੇ ਹੁਣ ਵੀ ਕਹੀ ਜਾਂਦੇ ਕਹਿੰਦੇ ਤੂੰ ਬੱਕਰੀ ਦੇਣ ਨੂੰ ਹੀ ਨਹੀਂ ਸੀ ਮੈਂ ਕਿਹਾ ਨਹੀਂ ਯਾਰ ਸਾਨੂੰ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਲੱਗਦੀ ਪਰ ਲੋਕਾਂ ਨੂੰ ਇਹ ਗੱਲ ਜ਼ਰੂਰ ਲੱਗਦੀ ਆ ਮੈਂ ਕਿਹਾ ਵੀ ਇਹ ਬੱਕਰੀ ਰਲਦੀ ਨਹੀਂ ਚਾਹੇ 100 ਬੱਕਰੀ ਹੋਵੇ ਚਾਹੇ 200 ਹੋਵੇ ਚਾਹੇ 10 ਸਾਲ ਨੂੰ ਦਿਖਾ ਦੇ ਤੁਹਾਨੂੰ ਅਸੀਂ ਦੱਸ ਦਿਆਂਗੇ ਵੀ ਉਹੀ ਬੱਕਰੀ ਹੈ ਟ੍ਰਾਂਜੀਸ਼ਨ ਚੰਨੀ ਆਏ ਸੀਗੇ ਜੀ ਮੁੱਖ ਮੰਤਰੀ ਅਤੇ ਅਸੀਂ ਬੱਕਰੀਆਂ ਲਈ ਖੜ੍ਹੇ ਸੀਗੇ ਰੋਡ 'ਤੇ ਕਹਿੰਦੇ ਵੀ ਫੋਟੋਆਂ ਕਰਨੀਆਂ ਮੈਂ ਕਿਹਾ ਜੀ ਵੀਡੀਓ ਬਣਾ ਲਓ ਫਿਰ ਵੀਡੀਓ ਬਣਾਉਣ ਲੱਗ ਗਏ ਕਹਿੰਦੇ ਬੱਕਰੀ ਚੋਣੀ ਆ ਮੈਂ ਕਿਹਾ ਜੀ ਬੱਕਰੀ ਵੀ ਚੋਲੋ ਫਿਰ ਉਹਨਾਂ ਨੇ ਬੋਤਲ 'ਚ ਬੱਕਰੀ ਚੋਲੀ ਚੋਣੀ ਤਾਂ ਆਉਂਦੀ ਸੀਗੀ ਜੀ ਧਾਰ ਹੀ ਨਹੀਂ ਪਾਸੇ ਵੱਜਣ 'ਤੇ ਉਹਨਾਂ ਨੇ ਬੋਤਲ 'ਚੋਂ ਬਹੁਤ ਵਧੀਆ ਚੋਈ ਬੱਕਰੀ ਤਾਂ ਸਾਡਾ ਤਾਂ ਬੰਦਾ ਮੇਰੇ ਨਾਲ ਤਾਂ ਡਰ ਹੀ ਗਿਆ ਸੀਗਾ ਵੀ ਇੰਨੀਆਂ ਗੱਡੀਆਂ ਖੜ ਗਈਆਂ ਵੀ ਇਹ ਕੀ ਗੱਲ ਹੋ ਗਈ ਅਤੇ ਮੈਨੂੰ ਪਤਾ ਲੱਗ ਗਿਆ ਸੁਜੀਕ ਵੀ ਸੀਗਾ ਉਹਨਾਂ ਨਾਲ ਮੈਨੂੰ ਪਤਾ ਲੱਗ ਗਿਆ ਵੀ ਚੰਨੀ ਸਾਹਿਬ ਆ ਕੇ ਇਹ ਆਪਣਾ ਟ੍ਰਾਂਜੀਸ਼ਨ ਚੰਨੀ ਆਏ ਸੀਗੇ ਜੀ ਮੁੱਖ ਮੰਤਰੀ ਅਤੇ ਅਸੀਂ ਬੱਕਰੀਆਂ ਲਈ ਖੜ੍ਹੇ ਸੀਗੇ ਰੋਡ 'ਤੇ ਆਪਣਾ ਸੂਏ 'ਤੇ ਅਤੇ ਉਹ ਜਾਂਦੇ ਸੀਗੇ ਤਵੇ ਵੱਲ ਨੂੰ ਉਹਨਾਂ ਨੇ ਰੋਕ ਲਿਆ ਸਾਡੇ ਕੋਲ ਗੱਡੀਆਂ ਅਤੇ ਉਹ ਕਹਿੰਦੇ ਵੀ ਬੱਕਰੀ ਪਹਿਲਾਂ ਤਾਂ ਰੇਟ ਰੂਟ ਪੁੱਛਣ ਲੱਗ ਗਏ ਅਤੇ ਫਿਰ ਕਹਿੰਦੇ ਵੀ ਬੱਕਰੀ ਚੋਣੀ ਅਸੀਂ ਕਹੀ ਚੋਲੋ ਕੋਈ ਗੱਲ ਨਹੀਂ ਅਤੇ ਬੱਕਰੀ ਚੋਈ ਉਹਨਾਂ ਨੇ ਚੋ ਕੇ ਉਦੋਂ ਬਾਅਦ ਬਸ ਵੀਡੀਓ ਪੈਣ ਲੱਗ ਗਈਆਂ ਜੀ ਕਿਤੇ ਪੱਤਰਕਾਰ ਆ ਜਾਂਦੇ ਸੀ ਕਿਤੇ ਕਿੰਨੇ ਉਦੋਂ ਜੇ ਚੰਨੀ ਉੱਥੇ ਮਿਲੇ ਤੁਹਾਨੂੰ ਪਤਾ ਲੱਗ ਗਿਆ ਸੀ ਤਾਂ ਇਹ ਮੁੱਖ ਮੰਤਰੀ ਨੇ ਹਾਂ ਜੀ ਪਤਾ ਲੱਗ ਗਿਆ ਸੀਗਾ ਜੀ ਸਾਨੂੰ ਫਿਰ ਉਹ ਵੋਟਾਂ ਦਾ ਕਰਕੇ ਬੈਨਰ ਲੱਗੇ ਸੀਗੇ ਉਹਨਾਂ ਦੀ ਫੋਟੋ ਲੱਗੀ ਸੀਗੀ ਊਂ ਤਾਂ ਅਸੀਂ ਕਿੱਥੋਂ ਜਾਣਦੇ ਸੀਗੇ ਮਾਹੌਲ ਦਾ ਜੀ ਸਾਨੂੰ ਤਾਂ ਸਾਡਾ ਤਾਂ ਬੰਦਾ ਮੇਰੇ ਨਾਲ ਤਾਂ ਡਰ ਹੀ ਗਿਆ ਸੀਗਾ ਵੀ ਇੰਨੀਆਂ ਗੱਡੀਆਂ ਖੜ ਗਈਆਂ ਵੀ ਇਹ ਕੀ ਗੱਲ ਹੋ ਗਈ ਅਤੇ ਮੈਨੂੰ ਪਤਾ ਲੱਗ ਗਿਆ ਸੁਜੀਕ ਵੀ ਸੀਗਾ ਉਹਨਾਂ ਨਾਲ ਮੈਨੂੰ ਪਤਾ ਲੱਗ ਗਿਆ ਵੀ ਚੰਨੀ ਸਾਹਿਬ ਆ ਗਏ ਚੱਲ ਜਦੋਂ ਆ ਗਏ ਉਹ ਕਹਿੰਦੇ ਵੀ ਕਿੰਨੀਆਂ ਬੱਕਰੀਆਂ ਦੇ ਕਹੀ 40 ਕੁ ਬੱਕਰੀਆਂ ਕਹਿੰਦੇ ਵੀ ਫੋਟੋਆਂ ਕਰਨੀਆਂ ਮੈਂ ਕਿਹਾ ਜੀ ਵੀਡੀਓ ਬਣਾ ਲਓ ਫਿਰ ਵੀਡੀਓ ਬਣਾਉਣ ਲੱਗ ਗਏ ਕਹਿੰਦੇ ਬੱਕਰੀ ਚੋਣੀ ਆ ਮੈਂ ਕਿਹਾ ਜੀ ਬੱਕਰੀ ਵੀ ਚੋਲੋ ਫਿਰ ਉਹਨਾਂ ਨੇ ਬੋਤਲ 'ਚ ਬੱਕਰੀ ਚੋਲੀ ਆਉਂਦੀ ਸੀ ਚੋਣੀ ਉਹਨਾਂ ਨੂੰ ਚੋਣੀ ਤਾਂ ਆਉਂਦੀ ਸੀਗੀ ਜੀ ਧਾਰ ਹੀ ਨਹੀਂ ਪਾਸੇ ਵੱਜਣ 'ਤੇ ਉਹਨਾਂ ਨੇ ਬੋਤਲ 'ਚੋਂ ਬਹੁਤ ਵਧੀਆ ਚੋਈ ਬੱਕਰੀ ਤਾਂ ਹੁਣ ਉਹ ਬੱਕਰੀ ਦੇ ਦੁੱਧ ਫਿਰ ਤੁਹਾਡੇ ਕੋਲ ਨਹੀਂ ਬੱਕਰੀ ਉਹ ਕੱਲ੍ਹ ਲੈ ਗਏ ਜੀ ਆਪਣਾ ਚਮਕੌਰ ਸਾਹਿਬ ਤੋਂ ਬੰਦੇ ਆਏ ਸੀਗੇ ਜੀ ਕੌਣ ਬੰਦੇ ਸੀ ਉਹ ਪਰਮਜੀਤ ਸਿੰਘ ਸੀਗਾ ਜੀ ਕੋਈ ਅੱਛਾ ਜੀ ਕੀ ਕਹਿੰਦੇ ਜੀ ਆ ਕੇ ਉਹ ਆ ਕੇ ਕਹਿੰਦੇ ਵੀ ਅਸੀਂ ਬੱਕਰੀਆਂ ਦੇਖਣੀਆਂ ਹੈਗੀਆਂ ਮੈਂ ਕਿਹਾ ਦੇਖ ਲਓ ਅਤੇ ਕਹਿੰਦੇ ਵੀ ਇੱਕ ਬੱਕਰੀ ਆ ਤੁਹਾਡੇ ਕੋਲ ਵੀ ਜਿਹੜੀ ਚੰਨੀ ਸਾਹਿਬ ਚੋ ਕੇ ਗਏ ਆ ਮੈਂ ਕਿਹਾ ਜੀ ਹੈਗੀ ਆ ਕਹਿੰਦੇ ਅਸੀਂ ਉਹ ਲੈ ਕੇ ਜਾਣੀ ਆ ਮੈਂ ਕਿਹਾ ਜੀ ਲੈ ਜਾਓ ਕੋਈ ਗੱਲ ਨਹੀਂ ਕਹਿੰਦੇ ਵੀ ਚਾਹ ਪਾਣੀ ਪਿਆ ਕਹਿੰਦੇ ਕਿੰਨੇ ਪੈਸਿਆਂ ਦੀ ਦਿਓਗੇ ਮੈਂ ਕਿਹਾ ਜੀ ਪੈਸਿਆਂ 'ਚ ਤਾਂ ਕੀ ਗੱਲ ਆ ਤੁਸੀਂ ਬੱਕਰੀ ਲੈ ਜਾਓ ਕੋਈ ਗੱਲ ਨਹੀਂ ਕਹਿੰਦੇ ਵੀ ਅਸੀਂ ਆਏ ਹਾਂ ਚਮਕੌਰ ਸਾਹਿਬ ਤੋਂ ਜਦੋਂ ਗੱਲ ਦੱਸੀ ਉਹਨਾਂ ਨੇ ਮੈਂ ਕਿਹਾ ਜੀ ਤੁਸੀਂ ਕਹਿੰਦੇ ਫ੍ਰੀ ਖਾਤੇ ਦੁੱਧ ਦਿਆ ਕਰਨਾ ਲੋਕਾਂ ਨੂੰ ਮੈਂ ਕਿਹਾ ਜੀ ਤੁਸੀਂ ਫ੍ਰੀ ਖਾਤੇ ਹੀ ਲੈ ਜਾਓ ਫਿਰ ਬੱਕਰੀ ਵੀ ਪੈਸਿਆਂ 'ਚ ਤਾਂ ਕੀ ਗੱਲ ਹੈਗੀ ਅਤੇ ਉਹ ਕਹਿੰਦੇ ਵੀ ਨਹੀਂ ਪੈਸੇ ਤਾਂ ਦੇਵਾਂਗੇ ਅਸੀਂ ਫਿਰ ਸਰਪੰਚ ਸਾਹਿਬ ਨੂੰ ਬੁਲਾ ਲਿਆ ਕਹਿੰਦੇ ਵੀ ਕੋਈ ਮੁਖੀ ਬੰਦਾ ਬੁਲਾ ਲਓ ਮੈਂ ਕਿਹਾ ਜੀ ਆਪਾਂ ਸਰਪੰਚ ਸਾਹਿਬ ਨੂੰ ਬੁਲਾ ਲੈਂਦੇ ਅਤੇ ਫਿਰ ਸਰਪੰਚ ਸਾਹਿਬ ਨੂੰ ਕਹਿੰਦੇ ਵੀ ਦੱਸੋ ਜੀ ਮੈਂ ਵੀ ਕਹਿਤਾ ਮੈਂ ਕਿਹਾ ਜੀ ਤੁਸੀਂ ਦੱਸ ਦਿਓ ਪਿੰਡ ਦੇ ਮੁਖੀ ਹੋ ਉਸ ਨੂੰ ਮੈਂ ਕੀ ਦੱਸਣਾ ਹੈਗਾ ਬੱਕਰੀ ਦੀ ਕਿੱਡੀ ਗੱਲ ਆ ਉਹ ਸਰਪੰਚ ਸਾਹਿਬ ਕਹਿੰਦੇ ਵੀ ਇਹਨਾਂ ਨੂੰ ਤਾਂ 1,00,000 ਰੁਪਇਆ ਵੀ ਕਹਿੰਦਾ ਕੋਈ ਕਿੰਨੇ ਕਹਿੰਦਾ ਹੈਗਾ ਵੀ ਇਹ ਦਿੰਦੇ ਨਹੀਂ ਬੱਕਰੀ ਵੀ ਤੁਹਾਨੂੰ ਹਾਂ ਕਹਿੰਦੀ ਤੁਸੀਂ ਲੈ ਜਾਓ ਉਹ ਕਹਿੰਦੇ ਵੀ ਰੇਟ ਦੱਸ ਦਿਓ ਮੈਂ ਕਿਹਾ ਜੀ ਰੇਟ ਨੂੰ ਕੀ ਆ ਤੁਸੀਂ ਲੈ ਜਾਓ ਕੋਈ ਗੱਲ ਨਹੀਂ ਜਿਵੇਂ ਮਰਜ਼ੀ ਲੈ ਜਾਓ ਫਿਰ ਉਹ ਜਦੋਂ ਬਾਹਲਾ ਪੁੱਛਣ ਲੱਗ ਗਏ ਕਹਿੰਦੇ ਵੀ ਤਾਂ ਵੀ ਕਿੰਨੇ ਕੁ ਰੁਪਈਆਂ ਦੀ ਇਹ ਮੈਂ ਕਿਹਾ ਜੀ ਅਸੀਂ ਤਾਂ 20,000 ਦੀ ਲਿਆਂਦੀ ਸੀ ਤੁਸੀਂ ਲੈ ਜਾਓ ਜਿਵੇਂ ਮਰਜ਼ੀ ਉਹਨਾਂ ਨੇ ਸਰਪੰਚ ਸਾਹਿਬ ਨੂੰ 21,000 ਰੁਪਇਆ ਫੜਾਤਾ ਕਹਿੰਦੇ ਵੀ ਚਲੋ 21,000 ਦੀ ਲੈ ਜਾਂਦੇ ਮੈਂ ਕਿਹਾ ਜੀ ਲੈ ਜਾਓ ਕੋਈ ਗੱਲ ਨਹੀਂ ਫਿਰ ਕਹਿੰਦੇ ਸ਼ਿੰਗਾਰ ਸ਼ੰਗੂਰ ਵੀ ਲਾ ਕੇ ਦਿਓ ਫਿਰ ਸ਼ਿੰਗਾਰ ਵੀ ਲਾਤਾ ਮੈਂ ਚਲੋ ਕੋਈ ਗੱਲ ਨਹੀਂ ਹੁਣ 500-700 ਦਾ ਸਮਾਨ ਹੀ ਆ ਪਾ ਦਿੰਦੇ ਹਾਂ ਇਹਦੇ ਉਹਦੇ ਪਾਟਾ ਪਾਇਆ ਜੀ ਹੁੰਦਾ 400-500 ਦਾ ਆਮ ਹੀ ਬੱਕਰੀ ਸ਼ਿੰਗਾਰ ਨੇ ਉਹਦੇ ਨਾਲ ਰਣਕਾ ਗਾਨੀ ਗੁਨੀ ਪਾਤੀ ਝਾਂਜਰਾਂ ਪਾ ਦੀਆਂ ਚਲੋ ਫਿਰ ਮੈਂ ਗੱਡੀ ਮੰਗਾ ਕੇ ਜੀ ਲੈ ਗਏ ਬੱਕਰੀ ਨੂੰ ਪਤਾ ਲੱਗਿਆ ਬੰਦੇ ਉਹ ਨਹੀਂ ਜੀ ਐਂ ਨਹੀਂ ਆਪਾਂ ਉਹਨੂੰ ਪਹਿਲਾਂ ਤਾਂ ਐਂ ਕਹੀ ਗਿਆ ਵੀ ਸਾਡਾ ਤਾਂ ਕੋਈ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਤਾਂ ਡਰਾਈਵਰ ਸੀਗਾ ਜੀ ਸਰਕਾਰੀ ਕੋਈ ਡਰਾਈਵਰ ਸੀਗਾ ਕਹਿੰਦਾ ਸੀ ਮੈਂ ਮਤਲਬ ਕਿ ਵੀ ਆਪਣਾ ਮਾਨਤਰੀ ਵਾਲੀ ਗੱਡੂ ਵੀ ਚਲਾਉਂਦਾ ਗਾ ਵੀ ਸਰਕਾਰੀ ਡਰਾਈਵਰ ਹਾਂ ਮੈਂ ਮਨਜੀਤ ਸਿੰਘ ਨਾਂ ਦੱਸਿਆ ਸੀਗਾ ਜੀ ਉਹਨਾਂ ਨੇ ਮਨਜੀਤ ਪਰਮਜੀਤ ਸੀਗਾ ਜੀ ਹਾਂ ਪਰਮਜੀਤ ਸੀਗਾ
ਉੱਕ ਜਾਂਦੇ ਨੇ, ਕਿਹੜਾ ਇੰਨਾ ਦਿਮਾਗ 'ਚ ਰਹਿੰਦੇ ਆ, ਕੋਈ ਜਾਣ ਪਹਿਚਾਣ ਹੁੰਦੀ ਫਿਰ ਤਾਂ ਵੱਧ ਹੋ ਰਹੇ ਨੇ। ਚੰਨੀ ਦੇ ਨਾਲ ਦੇ ਬੰਦੇ ਸੀਗੇ ਜਿਹੜੇ ਆਏ ਸੀ, ਬਾਅਦ 'ਚ ਗੱਲ ਦਾ ਮਹਿਸੂਸ ਜਿਹਾ ਹੋਇਆ ਜੀ ਸਾਨੂੰ ਵੀ ਹਾਂ ਵੀ ਹੋਊਗਾ ਉਹਨਾਂ ਦਾ ਕੋਈ, ਹੋ ਸਕਦਾ ਵੀ ਉਹਨਾਂ ਦੇ ਨਜ਼ਦੀਕ ਹੀ ਹੋਣ ਬੰਦੇ ਕੋਈ, ਵੀ ਜਿਹੜੀ ਇੰਨੀ ਦਸ ਨਾਈਟੀ ਦੂਰ ਉਹਨੇ ਬੱਕਰੀਆਂ ਤਾਂ ਹੁਣ ਥਾਂ ਥਾਂ ਹੀ ਫਿਰਦੀਆਂ ਜੀ, ਉਹਨਾਂ ਨੇ ਦੁੱਧ ਹੀ ਫ੍ਰੀ ਦਿਆ ਕਰਨਾ ਸੀ, ਬੱਕਰੀ ਤਾਂ ਹੋਰ ਵੀ ਕਿਤੋਂ ਮਿਲ ਜਾਂਦੀ। ਉਹਨਾਂ ਨੇ ਆ ਕੇ ਤਾਂ ਸਾਨੂੰ ਇਹੀ ਗੱਲ ਪੁੱਛੀ ਨਾ ਵੀ ਬੱਕਰੀ ਤੁਹਾਡੀ ਚੋ ਕੇ ਗਏ, ਮੈਂ ਕਿਹਾ ਹਾਂ ਜੀ। ਇੱਕ ਉਹ ਨਾਲ ਦੇ ਪਿੰਡ ਤੋਂ ਬੰਦਾ ਲੈ ਕੇ ਆਏ ਸੀ, ਉਹਨਾਂ ਨੂੰ ਪਿੰਡ ਨਹੀਂ ਸੀ ਸਿਆਉਂਦਾ, ਉਹ ਮੁੰਡੇ ਨੇ ਦੱਸਤਾ ਵੀ ਇਹ ਵੀ ਪਾਲ ਖਾਨ ਹੈ ਵੀ ਉਹਦੀ ਬੱਕਰੀ ਚੋ ਕੇ ਗਿਆ ਸੀ ਚੰਨੀ। ਨਿਸ਼ਾਨੀ ਤਾਂ ਉਹਦੇ ਮੰਨ ਕੇ ਚੱਲੋ ਵੀ ਜਿਵੇਂ ਚੰਨੀ ਸਾਹਿਬ ਚੁੱਕ ਗਏ ਓਦਾਂ ਇੰਨੀ ਸਾਨੂੰ ਐ ਨੀ ਸੀ ਵੀ ਵੀਡੀਓ ਵਾਇਰਲ ਕਰਨਗੇ। ਉਹਦੇ ਇੱਕ ਕੰਨ ਚ ਦੋ ਸੁਰਾਖ ਸੀਗੇ, ਉਹ ਕੱਲ ਵੀ ਉਹਨਾਂ ਨੂੰ ਦੱਸ ਕੇ ਦਿੱਤੀ ਆ ਬੱਕਰੀ। ਮੈਂ ਕਿਹਾ ਵੀ ਇਹ ਬੱਕਰੀ ਰਲਦੀ ਨੀ, ਚਾਹੇ 100 ਬੱਕਰੀ ਹੋਵੇ ਚਾਹੇ 200 ਹੋਵੇ ਚਾਹੇ 10 ਸਾਲ ਨੂੰ ਦਿਖਾ ਦੇ, ਤੁਹਾਨੂੰ ਅਸੀਂ ਦੱਸ ਦਿਆਂਗੇ ਵੀ ਉਹੀ ਬੱਕਰੀ ਹੈ। ਅੱਛਾ ਜਿਵੇਂ ਠੀਕ ਹੈ 21,000 ਦੀ ਦਿੱਤੀ ਹੈਗੀ, ਹੋਰ ਲੋਕ ਵੀ ਆਉਂਦੇ ਰਹੇ ਨੇ ਵੀ ਹੋਰ ਮਹਿੰਗੀ ਲੈਣ ਨੂੰ? ਹਾਂ, ਪਹਿਲਾਂ ਕੋਈ ਕਹਿੰਦਾ ਅਸੀਂ ਫੋਨ ਆਉਂਦੇ ਰਹੇ ਆ ਸਾਨੂੰ ਵੀ 1,00,000 ਰੁਪਏ ਦੀ ਬੱਕਰੀ ਦੇ ਦਿਓਗੇ, 80,000 ਦੇ ਦਿਓਗੇ। ਮੈਂ ਕਿਹਾ ਯਾਰ ਅਸੀਂ ਵੇਚਣੀ ਨਹੀਂ ਬੱਕਰੀ, ਆਪਾਂ ਨੂੰ ਵੇਚਣ ਦੀ ਖਾਤਰ ਨਹੀਂ ਨਾ ਸੀ ਸੀਗਾ ਵੀ ਚੱਲ ਦੁੱਧ ਚੋਣੇ ਆ। ਉਹ ਕੱਲ੍ਹ ਫਿਰ ਉਹਨਾਂ ਨੇ ਗੱਲ ਹੀ ਸਟਾਰਟ ਵੀ ਇਹੋ ਜਿਹੀ ਕਰੀ ਆ, ਮੈਂ ਇਹਨਾਂ ਨੂੰ ਜਵਾਬ ਦੇ ਹੀ ਨਹੀਂ ਸਕਿਆ। ਮੈਂ ਕਿਹਾ ਵੀ ਲੈ ਜਾਓ ਕੋਈ ਗੱਲ ਨਹੀਂ, ਬੱਕਰੀ ਫ੍ਰੀ ਗਾਤੀ ਲੈ ਜਾਓ ਤੁਸੀਂ। ਲੱਗਦਾ ਕਿ ਹੁਣ ਇਸ ਤਰ੍ਹਾਂ ਜੇ ਕੋਈ ਵੱਡੇ ਕੋਈ ਸੈਲੀਬ੍ਰਿਟੀ ਆ ਕੇ ਬੱਕਰੀ ਨੂੰ ਧਾਰ ਚੋਣ ਦਾ ਜਿਵੇਂ? ਹਾਂਜੀ, ਉਸ ਗੱਲ ਦਾ ਕਰਕੇ ਤਾਂ ਸਾਰੇ ਮੈਨੂੰ ਕਹਿੰਦੇ, ਹੁਣ ਵੀ ਕਹੀ ਜਾਂਦੇ ਕਹਿੰਦੇ ਤੂੰ ਬੱਕਰੀ ਦੇਣ ਨੂੰ ਹੀ ਨਹੀਂ ਸੀ। ਮੈਂ ਕਿਹਾ ਨਹੀਂ ਯਾਰ, ਸਾਨੂੰ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਲੱਗਦੀ, ਪਰ ਲੋਕਾਂ ਨੂੰ ਇਹ ਗੱਲ ਜ਼ਰੂਰ ਲੱਗਦੀ ਆ। ਹੁਣ ਐਂ ਤਾਂ ਜਦੋਂ ਚੰਨੀ ਸਾਹਿਬ ਚੋ ਗਿਆ ਸਾਡੇ ਪਿੰਡੋਂ ਬਹੁਤ ਫੋਨ ਆਏ, ਉਦੋਂ ਮੈਨੂੰ ਸਾਰੀ ਦਿਹਾੜੀ ਬੱਕਰੀਆਂ ਨੇ ਚਾਰ ਦਿੱਤੀਆਂ, ਕਹਿੰਦੇ ਯਾਰ ਸਾਨੂੰ ਨਹੀਂ ਦੱਸਿਆ ਤੂੰ ਇੰਨਾ ਟਾਈਮ ਤੇਰੇ ਕੋਲ ਖੜਾ ਰਿਹਾ 10-12 ਮਿੰਟ ਲਾ ਕੇ ਉੱਥੇ, ਵੀ ਸਾਨੂੰ ਨੀ ਦੱਸਿਆ। ਮੈਂ ਕਿਹਾ ਤੁਸੀਂ ਕੀ ਕਰਨਾ ਸੀ ਉੱਥੇ? ਕਹਿੰਦੇ ਤੂੰ ਤਾਂ ਗੱਲਾਂ ਕਰਾਂਗੇ ਉਹਦੇ ਨਾਲ। ਮੈਂ ਕਿਹਾ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਇਸ ਗੱਲ ਦਾ। ਅੱਛਾ, ਫਿਰ ਚੰਨੀ ਤਾਂ ਜਿਵੇਂ ਤੁਹਾਡੇ ਕੋਲ ਆ ਕੇ ਗਈ ਸੀ ਨਾ, ਬੱਕਰੀ ਚੁੱਕ ਕੇ ਗਈ ਸੀ, ਫਿਰ ਨਹੀਂ ਪਾਈ ਹੋਣੀ ਚੰਨੀ ਸਾਹਿਬ ਨੂੰ ਵੀ ਚੰਨੀ ਸਾਹਿਬ ਫੋਟੋ? ਨਹੀਂ, ਵੋਟ ਨਹੀਂ ਪਾਈ। ਅੱਛਾ ਜੀ, ਨਾ ਵੋਟ ਆਪ ਵਾਲਿਆਂ ਨੂੰ ਪਾਈ ਸੀ। ਅੱਛਾ, ਆਮ ਆਦਮੀ ਪਾਰਟੀ? ਹਾਂਜੀ ਹਾਂਜੀ, ਪਹਿਲਾਂ ਪਰਮਲ ਧੌਲਾ ਵੀ ਜਿਤਾਇਆ ਸੀਗਾ ਜ਼ੋਰ ਲਾ ਕੇ, ਹੁਣ ਵੀ ਵੋਟਾਂ ਵਧੀਆ ਪਾਈਆਂ ਪਵਾਈਆਂ ਵੀ ਹੈ। ਕਿਹਨੂੰ ਪਾਈ ਵੋਟ? ਆਪਣਾ ਲਾਲ ਸਿੰਘ ਉੱਗੂ ਨੇ। ਨਹੀਂ ਪਾਈ, ਨਹੀਂ ਝੂਠ ਮਾਰਦਾ ਕਿਸੇ ਦਾ ਖਾਣ, ਮੈਂ ਝੂਠ ਨਹੀਂ ਮਾਰਦਾ। ਉਹ ਕਹਿੰਦੇ ਜੀ ਅਸੀਂ ਤਾਂ ਮੰਨ ਕੇ ਵੀ ਇਹਦਾ ਜਿਹੜਾ ਦੁੱਧ ਹੋਇਆ ਕਰੂਗਾ ਉਹ ਫ੍ਰੀ ਖਾਤੇ ਲੋਕਾਂ ਨੂੰ ਸੇਵਾ ਕਰਨੀ ਆ। ਉਸ ਗੱਲ ਤੋਂ ਤਾਂ ਸਾਨੂੰ ਐਂ ਵੀ ਮਹਿਸੂਸ ਹੁੰਦਾ ਸੀ ਵੀ ਅਸੀਂ ਤਾਂ 10-10 ਕਿਲੋ ਦੁੱਧ ਲੋਕਾਂ ਨੂੰ ਫ੍ਰੀ ਦੇ ਦਿੰਦੇ, ਵੀ ਇਹ ਕਿਲੋ ਦੁੱਧ ਨਾਲ ਕੀ ਹੋਜੂਗਾ। ਚਲੋ ਉਹ ਕਹਿੰਦੇ ਵੀ ਅਸੀਂ ਤਾਂ ਸੇਵਾ ਹੀ ਕਰਨੀ ਆ, ਫ੍ਰੀ ਖਾਤੇ ਹੀ ਸੇਵਾ ਕਰਨੀ ਆ, ਕੋਈ ਅਸੀਂ ਉਹ ਨਹੀਂ ਕਰਨਾ। ਨਹੀਂ ਲੱਗਦਾ ਕਿ ਉਹ ਕਿਤੇ ਚੰਨੀ ਸਾਹਿਬ ਨੂੰ ਭੇਜੇ ਹੋਣ, ਚੰਨੀ ਸਾਹਿਬ ਨੂੰ ਬੱਕਰੀ ਮੰਗਾਈ? ਹੋ ਸਕਦਾ ਜੀ, ਕੋਈ ਵੱਡੀ ਗੱਲ ਨਹੀਂ। ਜਦੋਂ ਇੰਨੀ ਮਸ਼ਹੂਰ ਹੋ ਗਈ ਬੱਕਰੀ, ਉਹ ਕਹਿੰਦੇ ਹੋਣਗੇ ਵੀ ਮੰਗਾ ਲਈਏ ਆਪਾਂ ਹੁਣ ਚੰਨੀ ਸਾਹਿਬ, ਕਹਿੰਦੇ ਇਹ ਵੀ ਹੋ ਸਕਦਾ ਜੀ, ਕਿਹੜਾ ਵੱਡੀ ਗੱਲ ਹੈ।